ਬੈਡਮਿੰਟਨ ਤੇ ਰਾਜਾ ਵੜਿੰਗ ਚ ਛਿੜੀ ਜ਼ਬਾਨੀ ਜੰਗ ਪ੍ਰਨੀਤ ਕੌਰ ਤੇ ਰਾਜਾ ਵੜਿੰਗ ਦਾ ਤੰਜ ਕੈਪਟਨ ਅਮਰਿੰਦਰ ਦਾ ਸ਼ਬਦੀ ਪਲਟਵਾਰ ਸਿਆਸੀ ਲੀਡਰਾਂ ਵਿਚਕਾਰ ਸ਼ਬਦੀ ਪਲਟਵਾਰ ਸ਼ਬਦੀ ਹਮਲੇ ਲਗਾਤਾਰ ਜਾਰੀ ਹਨ ਆਏ ਦਿਨ ਆਪਣੀ ਭੜਾਸ ਸੋਸ਼ਲ ਮੀਡੀਆ ਰਾਹੀਂ ਕੱਢਦੇ ਰਹਿੰਦੇ ਹਨ ਪਹਿਲਾਂ ਕੇਸ ਸਾਹਮਣੇ ਆਇਆ ਸੀ ਸੁਨੀਲ ਜਾਖੜ ਤੇ ਮਨੀਸ਼ ਤਿਵਾੜੀ ਦਾ ਤੇ ਹੁਣ ਕਾਂਗਰਸ ਪ੍ਰਧਾਨ ਵੜਿੰਗ ਤੇ ਕੈਪਟਨ ਅਮਰਿੰਦਰ ਸਿੰਘ ਟਵਿੱਟਰ ਤੇ ਟਕਰਾਉਂਦੇ ਨਜ਼ਰ ਆਏ ਉਹਨਾਂ ਦੀ ਇਹ ਟਵਿੱਟਰ ਵਾਰ ਨਾਮ ਦੇ ਸਪੈਲਿੰਗਸ ਨੂੰ ਲੈ ਕੇ ਛੁੜੀ ਤੇ ਮਨ ਵਿੱਚ ਭੜਾਸ ਪਹਿਲਾਂ ਹੀ ਹੋਵੇ ਤਾਂ ਤੀਰ ਛੱਡਣ ਲਈ ਸਿਰਫ ਬਹਾਨਾ ਹੀ ਚਾਹੀਦਾ ਹੁੰਦਾ ਹੈ ਦਰਅਸਲ ਨਾਮ ਵੀ ਕੈਪਟਨ ਦੀ ਬੈਟਰ ਹਾਫ ਦਾ ਯਾਨੀ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਪ੍ਰਨੀਤ ਕੌਰ ਦਾ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਪਾਰਟੀ ਪ੍ਰਤੀ ਉਹਨਾਂ ਦੇ ਹੰਕਾਰ ਨੂੰ ਦਰਸਾਉਂਦਾ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਦੀ ਸਾਂਸਦ ਪ੍ਰਨੀਤ ਕੌਰ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਆਰੋਪ ਲਗਾਉਂਦੇ ਹੋਏ ਪਾਰਟੀ ਹਾਈਕਮਾਨ ਨੂੰ ਸ਼ਿਕਾਇਤ ਭੇਜੀ ਸੀ ਉਸ ਆਧਾਰ ਤੇ ਕਾਂਗਰਸ ਦੀ ਅਨੁਸ਼ਾਸਨ ਕਮੇਟੀ DAC ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੇ ਪ੍ਰਨੀਤ ਕੌਰ ਦੀ ਸਸਪੈਂਸ਼ਨ ਸੰਬੰਧੀ ਪੱਤਰ ਜਾਰੀ ਕੀਤਾ ਸੀ ਤੇ ਪ੍ਰਨੀਤ ਕੌਰ ਨੂੰ ਆਪਣਾ ਪੱਖ ਰੱਖਣ ਲਈ 3 ਦਿਨਾਂ ਦਾ ਸਮਾਂ ਦਿੱਤਾ ਸੀ ਤੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਕਾਂਗਰਸ ਦੇ ਸਸਪੈਂਸ਼ਨ ਨੋਟਿਸ ਦਾ ਜਵਾਬ ਦਿੱਤਾ ਇਸ ਵਿੱਚ ਉਹਨਾਂ ਨੇ ਕਾਂਗਰਸੀ ਨੇਤਾਵਾਂ ਤੇ ਸਵਾਲ ਖੜੇ ਕੀਤੇ ਤੇ ਚੁਣੌਤੀ ਵੀ ਦਿੱਤੀ ਉਹਨਾਂ ਨੇ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੂੰ ਕਟਘਰੇ ਵਿੱਚ ਖੜਾ ਕਰਦੇ ਲਿਖਿਆ ਕਿ ਮੈਂ ਇਹ ਵੇਖ ਕੇ ਹੈਰਾਨ ਹਾਂ ਕਿ ਜਿਸਨੇ ਸੋਨੀਆ ਗਾਂਧੀ ਦੇ ਵਿਦੇਸ਼ੀ ਨਾਗਰਿਕ ਦੇ ਹੋਣ ਦੇ ਮੁੱਦੇ ਤੇ 1999 ਵਿੱਚ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਸੀ ਤੇ 2019 ਯਾਨੀ 20 ਸਾਲਾਂ ਤੱਕ ਪਾਰਟੀ 'ਚੋਂ ਬਾਹਰ ਰਹੇ ਜਿਹਨੂੰ ਆਪ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ਉਹ ਅਨੁਸ਼ਾਸਨ ਨਾਲ ਸੰਬੰਧਿਤ ਮਾਮਲੇ ਤੇ ਸਵਾਲ ਕਰ ਰਹੇ ਹਨ ਤੇ ਨਾਲ ਹੀ ਚੁਣੌਤੀ ਦਿੰਦੇ ਹੋਏ ਲਿਖਿਆ ਜਿੱਥੇ ਤੱਕ ਮੇਰੇ ਖਿਲਾਫ ਕਾਰਵਾਈ ਦੀ ਗੱਲ ਹੈ ਤਾਂ ਤੁਸੀਂ ਜੋ ਚਾਹੋ ਉਹ ਕਰ ਸਕਦੇ ਹੋ ਤੇ ਨਾਲ ਹੀ ਲਿਖਿਆ ਉਹਨਾਂ ਤੇ ਇਲਜ਼ਾਮ ਉਹ ਲਾ ਰਹੇ ਨੇ ਜਿਨ੍ਹਾਂ ਖਿਲਾਫ ਪਹਿਲਾਂ ਹੀ ਕਈ ਕੇਸ ਪੈਂਡਿੰਗ ਹਨ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭੜਕ ਗਏ ਤੇ ਉਹਨਾਂ ਤੇ ਸ਼ਬਦੀ ਹਮਲਾ ਬੋਲਿਆ ਵੜਿੰਗ ਨੇ ਟਵੀਟ ਕੀਤਾ ਪ੍ਰਨੀਤ ਕੌਰ ਜੀ ਤੁਹਾਡੇ ਵੱਲੋਂ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਗਿਆ ਜਵਾਬ ਪਾਰਟੀ ਦੇ ਪ੍ਰਤੀ ਤੁਹਾਡਾ ਹੰਕਾਰ ਦਰਸਾਉਂਦਾ ਹੈ ਲੋਕਾਂ ਨੇ ਤੁਹਾਨੂੰ ਕਾਂਗਰਸ ਦੇ ਉਮੀਦਵਾਰ ਵਜੋਂ ਵੋਟਾਂ ਪਾਈਆਂ ਹਨ ਤੁਸੀਂ ਪੰਜਾਬ ਤੇ ਕਾਂਗਰਸ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਸੀ ਕਰਮ ਕਾਨੂੰਨ ਹੈ ਤੁਸੀਂ ਜੋ ਬੀਜੋਗੇ ਉਹੀ ਵੱਢੋਗੇ ਤੇ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝੇ ਕੀਤੇ ਇਸ ਪੋਸਟ ਤੇ ਵਾਰ ਕਰਨ ਦੀ ਹੁਣ ਵਾਰੀ ਆ ਗਈ XCM ਕੈਪਟਨ ਸਾਹਿਬ ਦੀ ਉਹਨਾਂ ਟਵੀਟ ਕਰ ਵੜਿੰਗ ਨੂੰ ਨਿਸ਼ਾਨੇ ਤੇ ਲੈ ਲਿਆ ਤੇ ਟਵੀਟ ਕੀਤਾ ਕਿ ਰਾਜਾ ਵੜਿੰਗ ਸਭ ਤੋਂ ਪਹਿਲਾਂ ਸਪੈਲਿੰਗ ਸਿੱਖੋ ਇਹ ਪ੍ਰਨੀਤ ਹਨ ਨਾ ਕਿ ਪ੍ਰਨੀਤ ਨਾਲ ਹੀ ਲਿਖਿਆ ਕਿ ਵੜਿੰਗ ਨੂੰ ਮੂਰਖਤਾਪੂਰਨ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ 250 ਤੋਂ ਵੱਧ ਸਾਲਾਂ ਤੋਂ ਪ੍ਰਸੰਗਿਕ ਹੈ ਰੈਲੀਵੈਂਟ ਹੈ ਪਰ ਪ੍ਰਨੀਤ ਕੌਰ ਦੇ ਇਸ ਕੜੇ ਜਵਾਬੀ ਹਮਲੇ ਤੋਂ ਬਾਅਦ ਵੜਿੰਗ ਦੇ ਜਵਾਬੀ ਹਮਲੇ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਗਤੀਵਿਧੀਆਂ ਦੇ ਬਾਰੇ ਪਬਲਿਕਲੀ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।